ਦੀ ਜਵਾਨੀ ਏ ਮਾਰ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜ਼ਿੰਦਾਬਾਦ ਦੀ ਜਵਾਨੀ ਏ ਮਾਰ ਤੇਰੇ ਉੱਤੇ ਸਾਰਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਗੀਤ ਕੌਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀ ਅੱਜ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਉਹ ਜੀ ਵਿਆਹ ਵਰਗਾ ਕੰਮ ਆ ਹੁਣ ਆਪਣੇ ਲਾਉਣਗੇ ਜੀਰੀ ਤੇ ਜੀਰੀ ਆਪਣੀ ਪਿੰਡ ਵਾਲੀ ਲੇਬਰ ਲਾਊ ਚਾਹੇ ਸਾਡੇ ਪਿੰਡ ਵਾਲੀ ਲੇਬਰ ਲਾਉਣਗੇ ਜੀਰੀ ਚਾਹੇ ਸਾਡੇ ਭਈਏ ਲਾਉਂਦੇ ਨੇ ਸਾਨੂੰ ਜਿਹੜਾ ਰੋਟੀ ਦਾ ਪ੍ਰਬੰਧ ਉਹ ਕਰਨਾ ਪੈਂਦਾ ਚਾਹੇ ਭਈਏ ਨੇ ਚਾਹੇ ਪਿੰਡ ਵਾਲੀ ਲੇਬਰ ਹੈ ਜੀ ਤੇ ਸਾਰਾ ਕੁਛ ਤਿਆਰ ਕਰਨਾ ਪੈਂਦਾ ਦਾਲਾਂ ਸਬਜ਼ੀ ਦਾਲਾਂ ਨੇ ਜਿਹੜੀਆਂ ਸੁੱਕੀਆਂ ਉਹ ਸਰਦਾਰ ਜੀ ਲੈ ਆਏ ਤੇ ਕਦੇ ਦਾਲ ਵੀ ਬਣਾ ਲੈਂਦੇ ਹਾਂ ਕਦੇ ਸਬਜ਼ੀ ਵੀ ਬਣਾ ਲੈਂਦੇ ਹਾਂ ਜਿਵੇਂ ਲੋਟ ਲੱਗਦਾ ਉਵੇਂ ਆਪਾਂ ਕਰ ਲੈਂਦੇ ਹੁੰਦੇ ਹਾਂਗੇ ਜਿਹੜੀ ਤਿਆਰੀ ਆਪਣੇ ਜੀਰੀ ਲਾਉਣ ਆਉਣਗੇ ਕੱਲ੍ਹ ਨੂੰ ਜਿਹੜੀ ਤਿਆਰੀ ਉਹ ਆਪਾਂ ਸਾਰੀ ਪਹਿਲਾਂ ਕਰ ਲੈਂਦੇ ਪਹਿਲੀ ਫਿਕਰ ਹੋ ਜਾਂਦਾ ਵੀ ਕੰਮ ਦਾ ਅਤੇ ਸੁਨੇਹਾ ਉੱਠਣਾ ਪਿਆ ਆਪਾਂ ਨੂੰ 3 ਵਜੇ 3 ਵਜੇ ਉੱਠ ਕੇ ਆਪਾਂ ਨੂੰ ਪਹਿਲਾਂ ਮੱਝਾਂ ਆਮ ਸੰਭਾਲਣੀਆਂ ਪਿਆ ਕਰਨਗੀਆਂ ਫਿਰ ਆਪਾਂ ਨੂੰ ਉਹਨਾਂ ਦਾ ਰੋਟੀ ਤਿਆਰ ਕਰਨੀ ਪਿਆ ਕਰੂ ਹਾਂਜੀ ਹੁਣ ਆਪਾਂ ਸਾਣਾਂਗੇ ਆਟਾ ਇੱਕ ਗੱਟਾ ਆਟੇ ਦਾ ਸਾਣ ਕੇ ਆਪਾਂ ਆਪਣੇ ਢੋਲੀ 'ਚ ਪਾ ਲਾਂਗੇ ਆਟੇ ਵਾਲੀ 'ਚ ਕਿਉਂਕਿ ਫਿਰ ਜਿੰਨਾ ਟਾਈਮ ਸਾਣਨ ਨੂੰ ਲੱਗਦਾ ਆਟਾ ਉਨਾ ਟਾਈਮ ਗੁੰਨਣ ਨੂੰ ਲੱਗਦਾ ਹੈਗਾ ਸਾਣ ਕੇ ਆਟਾ ਅਸੀਂ ਆਏ ਸਾਲ ਮੈਂ ਢੋਲੀ ਭਰ ਲੈਣੀ ਹੁੰਦੀ ਹੈਗੀ ਫਿਰ ਪਾਈ ਜਾਂਦੇ ਗੁੰਨੀ ਜਾਂਦੇ ਜਿੰਨਾ ਕੁ ਲੱਗਦਾ ਉਨਾ ਕੁ ਗੁੰਨਣ ਚਲੋ ਜੀ ਫਿਰ ਆਪਾਂ ਅੱਜ ਤੁਹਾਡੇ ਨਾਲ ਤਿਆਰੀ ਦੀ ਵੀਡੀਓ ਸ਼ੇਅਰ ਕਰਾਂਗੇ ਆਪਾਂ ਜੀਰੀ ਲਾਉਣ ਵਾਲਿਆਂ ਦੇ ਸਮਾਨ ਦੀ ਤਿਆਰੀ ਕਰਦੇ ਹਾਂ ਹੁਣ ਆਪਾਂ ਸਾਣਦੇ ਹਾਂ ਆਟਾ ਜੀ ਜਿਹੜਾ ਆਟਾ ਸਰਦਾਰ ਜੀ ਪਹਿਲੀ ਪਿਆ ਲਏ ਸੀ 3 ਕਈ ਦਿਨ ਹੋ ਗਏ ਕਹਿੰਦੇ ਅੱਜ ਮੈਨੂੰ ਟਾਈਮ ਹੈ ਮੈਂ ਵਿਹਲੇ ਹਾਂ ਅਸੀਂ ਵਿਹਲੇ ਹਾਂਗੇ ਅਤੇ ਆਟਾ ਅਸੀਂ ਪਿਹਾ ਲੈਂਦੇ ਹਾਂਗੇ ਅਤੇ ਫਿਰ ਸਾਨੂੰ ਟਾਈਮ ਨਹੀਂ ਲੱਗਣਾ ਕਿਉਂਕਿ ਹੁਣ ਕਈ ਦਿਨ ਹੋ ਗਏ ਉਹਨਾਂ ਨੂੰ ਭਰੇ ਵੀ ਨਹੀਂ ਸਵੇਰੇ ਆਉਂਦੇ ਨੇ ਟਾਈਮ ਨਹੀਂ ਹੈਗਾ ਅਤੇ ਆਟਾ ਤਾਂ ਕਈ ਦਿਨ ਹੋ ਗਏ ਸੀ ਅਤੇ ਹਾਲ ਲਿਆਂਦਾ ਸੀਗਾ ਚਲੋ ਜੀ ਆਪਾਂ ਸਾਣ ਲਿਆ ਆਟਾ ਆਟਾ ਸਾਣ ਕੇ ਆ ਢੋਲ ਭਰ ਲਵਾਂਗੇ ਆਪਾਂ ਜਿਹੜਾ ਆਟਾ ਆਪਣੇ ਥਣੇ 'ਚ ਪਾ ਲਾਂਗੇ ਆਪਾਂ ਬਾਟੀ ਨਾਲ ਪਾ ਲਾਂਗੇ ਜੇ ਆਪਾਂ ਸਾਲੇ ਨਾਲ ਪਾਵਾਂਗੇ ਆਟਾ ਸਾਣ ਵਾਲੇ ਨੂੰ ਟੁੱਟਣ ਦਾ ਡਰ ਹੈਗਾ ਆਪਾਂ ਆਪਣਾ ਆਟਾ ਜਿਹੜਾ ਬਾਟੀ ਨਾਲ ਪਾ ਲਾਂਗੇ ਅਤੇ ਇਹ 'ਚ ਡੁੱਲਦਾ ਨਹੀਂ ਹੈਗਾ ਡੂੰਘਾ ਹੈਗਾ ਬੱਠਲ ਆਪਣਾ ਲਓ ਜੀ ਆਪਾਂ ਆਟਾ ਲਾ ਕੇ ਸਾਨਣ ਇਹ ਬੱਠਲ ਆਪਣਾ ਜਿਹੜਾ ਭਾਂਡਾ ਇਹ ਵਧੀਆ ਡੂੰਘਾ ਹੈਗਾ ਇਹ 'ਚ ਮੈਂ ਧੋ ਕੇ ਭਾਂਡੇ ਭੁੰਡੇ ਧਰ ਲਾਉਣੀ ਹੁੰਦੀ ਹੈਗੀ ਜਾਂ ਇਹ 'ਚ ਆਟਾ ਵੀ ਵਧੀਆ ਗੁੱਝ ਜਾਂਦਾ ਹੁਣ ਤਾਂ ਆਪਣੇ ਪ੍ਰਾਂਤਾਂ ਹੈਗੀਆਂ ਨੇ ਕਿਉਂਕਿ ਇਹ 'ਚ ਆਟਾ ਜਦੋਂ ਆਪਣਾ ਵੱਧ ਹੁੰਦਾ ਆਟਾ ਨਾ ਗੁੰਨਣਾ ਸੌਖਾ ਰਹਿੰਦਾ ਇਹ 'ਚ ਡੂੰਘਾ ਹੈਗਾ ਆਟਾ ਡੋਲਦਾ ਨਹੀਂ ਹੈਗਾ ਪ੍ਰਾਂਤਾਂ 'ਚ ਵੀ ਗੁੰਨਣਾ ਨਹੀਂ ਹੈ ਪ੍ਰਾਂਤ 'ਚ ਇਹ 'ਚ ਵੀ ਗੁੰਨਣਾ ਨਹੀਂ ਲੇਬਰ ਹੁੰਦੀ ਹੈਗੀ ਵੱਧ ਪਤਾ ਨਹੀਂ ਕਦੋਂ ਇਹ ਸਾਡੇ ਪਿੰਡ 'ਚ ਰਿਵਾਜ਼ ਹਟੂ ਕਿਸੇ ਸਾਡੇ ਸਾਰੇ ਰਿਸ਼ਤੇਦਾਰ ਕਹਿ ਲੈਂਦੇ ਨੇ ਵੀ ਸਾਡੇ ਨਹੀਂ ਰੋਟੀ ਬਣਦੀ ਸਾਡੇ ਨਹੀਂ ਰੋਟੀ ਬਣਦੀ ਪਤਾ ਨਹੀਂ ਸਾਡੇ ਕਦੋਂ ਇਹ ਰੋਟੀ ਦਾ ਕੰਮ ਨਿਬੜੂਗਾ ਅਸੀਂ ਬਥੇਰਾ ਕਿਹਾ ਵੀ ਤੁਸੀਂ ਪੈਸੇ ਵੱਧ ਲੈ ਲਿਆ ਕਰੋ 100 ਰੁਪਏ ਕਿੱਲਾ ਜੇ ਤੁਸੀਂ ਆਪ ਬਣਾ ਲਿਆ ਕਰੋ ਪਰ ਮੰਨਦੇ ਨਹੀਂ ਹੈਗੇ ਜਿਹੜੀ ਚੱਲ ਜੋ ਦੋ ਭੈਣਾਂ ਨੇ ਜੀ ਉਹ ਤਾਂ ਬਣਾ ਲੈਂਦੀਆਂ ਨੇਗੀਆਂ ਰੋਟੀ ਜਿਹੜੀ ਇਕੱਲੀ ਕਹਿ ਰਹੀ ਭੈਣ ਉਹਨੂੰ ਤਾਂ ਬਹੁਤ ਔਖਾ ਹੋ ਜਾਂਦਾ ਹੈਗਾ ਕਿਉਂਕਿ ਇੱਕ ਅੱਜ ਕੱਲ੍ਹ ਬੰਦਿਆਂ ਨੂੰ ਵੀ ਬਹੁਤ ਕੰਮ ਹੁੰਦਾ ਕਿਉਂਕਿ ਖੇਤ ਜੀਰੀ ਲਾਉਣ ਵੇਲੇ ਵੱਟਾਂ ਪੋਚਣੀਆਂ ਹੁੰਦੀਆਂ ਨੇ ਕੱਦੂ ਕਰਨਾ ਹੁੰਦਾ ਹੈਗਾ ਅਤੇ ਹੋਰ ਹੀ ਕੰਮ ਦੀ ਤਿਆਰੀ ਨਹੀਂ ਹੁੰਦੀ ਗੀ ਪਹਿਲੀ ਭੈਣ ਨੂੰ ਫਿਕਰ ਲੱਗ ਜਾਂਦਾ ਜਿਹੜੀ ਤਿਆਰੀ ਉਹ ਕਰਕੇ ਰੱਖ ਲੈਂਦੀ ਜਿਵੇਂ ਆਟਾ ਸਾਨਣਾ ਮਸਾਲਾ ਰਗੜਨਾ ਲਾਸਨ ਸਿੱਲਣਾ ਪਹਿਲੀ ਸਿੱਲ ਰੱਖ ਲੈਂਦੀਆਂ ਨੇ ਕਿਉਂਕਿ ਫਿਰ ਤਾਂ ਜਿੰਨੇ ਦਿਨ ਜੀਰੀ ਲੱਗਦੀ ਹੈ ਨਾ ਉਨੇ ਦਿਨ ਬਹੁਤ ਕੰਮ ਹੋ ਜਾਂਦਾ ਮੱਝਾਂ ਵੀ ਸੰਭਾਲਣੀਆਂ ਹੁੰਦੀਆਂ ਨੇ ਇੱਕ ਮੱਝਾਂ ਨੂੰ ਵੀ ਨਵਾਉਣ ਧਮਾਉਣ ਦਾ ਕੰਮ ਹੈ ਬਹੁਤ ਹੋ ਜਾਂਦਾ ਗਰਮੀਆਂ 'ਚ ਇੱਕ ਆਪਣੇ ਬੱਚੇ ਘਰੇ ਨੇ ਬੱਚਿਆਂ ਨੇ ਘਰ ਸਾਰਿਆਂ ਕੰਮ ਨਹੀਂ ਨਿਬੜਦਾ ਜਿਹੜੇ ਘਰੇ ਬੱਚੇ ਛੋਟੇ ਨੇਗੇ ਉਹਨਾਂ ਦੇ ਘਰੇ ਤਾਂ ਜਮ੍ਹਾਂ ਨਹੀਂ ਕੰਮ ਨਿਬੜਦਾ ਲਓ ਜੀ ਇੰਨਾ ਆਟਾ ਢੋਲੀ 'ਚ ਸਾਣ ਦਿੱਤਾ ਆਪਾਂ ਅਤੇ ਆਹ ਢੋਲੀ 'ਚ ਪਾ ਦਿੰਦੇ ਹਾਂਗੇ ਵੀਡੀਓ ਫਿਰ ਵਾਹਲੀ ਲੰਮੀ ਹੋ ਜਾਂਦੀ ਵਿਚਾਰੀ ਕੱਟਣੀ ਪੈਂਦੀ ਹੈਗੀ
ਬਾਲੀ ਲੰਮੀ ਹੋ ਜਾਂਦੀ ਹੈ ਵੀਡੀਓ ਤੇ ਬਿਜਲੀ ਕੱਟਣੀ ਪੈਂਦੀ ਹੈਗੀ। ਲੋ ਜੀ ਆਪਣਾ ਆਟਾ ਸਾਣਿਆ ਗਿਆ, ਆਪਾਂ ਕਰਦੇ ਹਾਂ ਅਗਲਾ ਕੰਮ। ਹਾਂਜੀ ਆਪਾਂ ਨੇ ਆਟਾ ਸਾਣ ਕੇ ਢੋਲੀ ਭਰ ਲਈ ਹੈਗੀ, ਫਿਰ ਪਾਈ ਜਾਵਾਂਗੇ ਗੁੰਨੀ ਜਾਵਾਂਗੇ ਜਿੰਨਾ ਲੋੜ ਹੋਊਗੀ। ਹਾਂਜੀ ਆਹ ਆਪਣਾ ਸਬਜ਼ੀ ਵਾਸਤੇ ਪਤੀਲਾ ਹੈਗਾ ਤੇ ਇਹ ਮੈਂ ਮਾਂਜ ਕੇ ਰੱਖ ਲੂੰ। ਆਹ ਚਾਹ ਵਾਸਤੇ ਆ ਵੱਡੇ ਪਤੀਲੇ, ਸਬਜ਼ੀ ਵਾਲੇ ਚਾਹ ਵਾਲਾ ਪਤੀਲਾ, ਇਹ ਮੈਂ ਮਾਂਜ ਕੇ ਰੱਖ ਲੂੰਗੀ ਕਿਉਂਕਿ ਸਵੇਰੇ ਬਾਹਲਾ ਕੰਮ ਹੋ ਜੂਗਾ ਜੀ। ਹੁਣ ਮੈਂ ਸਾਰੇ ਮਾਂਜ ਮਾਂਜ ਕੇ ਰੱਖ ਲੂੰ, ਵਰਤਣ ਨਾਲ ਭਾਂਡਾ ਵਧੀਆ ਰਹਿੰਦਾ ਜੀ। ਇਹ ਪਹਿਲਾਂ ਜੋ ਬਦਲੇ ਅਮਰ ਹੁੰਦੇ ਉਦੀ ਵਰਤਦੇ ਹਾਂ। ਆਹ ਰੋਟੀਆਂ ਪਾਉਣ ਵਾਸਤੇ ਬਾਲਟੀ ਹੈ, ਇਹ 'ਚ ਖੇਤ ਜਾਂਦੀ ਹੋਈ ਲੇਬਰ ਦੀਆਂ ਰੋਟੀਆਂ ਇਹ ਵੀ ਕੱਢ ਲਈ ਹੈ ਅਤੇ ਨਾ ਆਹ ਪਾਉਣਾ ਹੈਗਾ ਰੋਟੀਆਂ ਪਾਉਣ ਨੂੰ ਇਹ ਜੀ ਧਰ ਲੈਣੀ, ਧੁੱਪ ਲਵਾ ਲਵਾਂਗੇ ਮੜੀ ਜੀ, ਧੋਤਾ ਹੋਇਆਗਾ। ਟਰੇ ਗਿਣ ਕੇ ਪਾਊਂਗੀ, ਲੇਬਰ ਵਾਲੇ 11-12 ਜਣੇ ਨੇਗੇ, ਕੁਛ ਘਰੇ ਹੋ ਜਾਣਾ, ਕੁਛ ਖੇਤ ਵੀ ਪਏ ਨੇ ਭਾਂਡੇ, ਅਤੇ ਜਾਰ ਕਰ ਕਰ ਪਾ ਦੇਣੀ ਆ ਉਹਨਾਂ ਨੂੰ। ਸਵੇਰੇ ਤਾਂ ਬਹੁਤ ਕੰਮ ਹੋ ਜਾਂਦਾ, ਕੜਸੀ ਦਾ ਸਬਜ਼ੀ ਪਾਉਣ ਨੂੰ, ਪੜਾ ਚਾਹ ਪਾਉਣ ਨੂੰ, ਅਤੇ ਬਾਟੀਆਂ ਕੌਲੇ ਚਾਹ ਪਾਉਣ ਨੂੰ, ਪਾਣੀ ਪਾਉਣ ਆਹ 2-4 ਗਲਾਸ ਪਾ ਦੇਣੇ ਹੁੰਦੇ, ਅਤੇ ਆਹ ਕੌਲੀਆਂ ਨੇਗੀਆਂ, ਪੈ ਕੌਲੀਆਂ 1, 2, 3, 4, 5, 6, 7, 8 ਕੌਲੀਆਂ ਨੇਗੀਆਂ। ਅਤੇ ਬਾਕੀ ਖੇਤ ਵੀ ਭਾਂਡੇ ਪਏ ਨੇ, ਬਾਟੀਆਂ ਕੌਲੀਆਂ ਖੇਤ ਵੀ ਪਈਆਂ ਨੇ ਕੁਛ, ਅਤੇ ਉਹ ਵਰਤੇ ਜਾਣਗੇ, ਅਤੇ ਆਹ ਬੋਰੀ 'ਚ ਪਾ ਕੇ ਘਰ ਦੇਣੇ ਹੁੰਦੇ ਆ। ਚਲੋ ਇੰਨਾ ਕੰਮ ਮੇਰਾ ਨਿਬੜ ਗਿਆ, ਹੁਣ ਮੈਂ ਨਾ ਹੋਰ ਕੰਮ ਨੇ ਜਿਹੜੀ ਤਿਆਰੀ ਸਵੇਰ ਦੀ ਉਹ ਕਰਦੀ ਹਾਂ ਜੀ। ਸਾਰੀ ਤਿਆਰੀ ਕਰ ਦਿੱਤੀ, ਅਚਾਰ ਦਾ ਰੋਟੀ ਨਾਲ ਅਚਾਰ ਦਾ ਡੱਬਾ ਵੀ ਭਰ ਦਿੱਤਾ ਕਿਉਂਕਿ ਸਵੇਰੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ, ਇਕੱਲੇ ਪ੍ਰਸ਼ਾਦਾ ਬਣਾ ਲਾਂਗੇ। ਇੱਧਰੋਂ ਮੈਂ ਸਾਰੀ ਤਿਆਰੀ ਕਰ ਲਈ ਹੈ ਜੀ, ਦੋ ਘਰਾਂ ਦੀ ਖੇਤੀ ਸਾਂਝੀ, ਇੱਕ ਦਿਨ ਰੋਟੀ ਉੱਧਰੋਂ ਜਾਂਦੀ, ਇੱਕ ਦਿਨ ਰੋਟੀ ਉੱਧਰੋਂ ਜਾਂਦੀ ਹੈ, ਅਤੇ ਜਿੱਧਰੋਂ ਰੋਟੀ ਜਾਂਦੀ ਹੈ ਦੂਜੇ ਘਰੋਂ ਬੰਨਿਓ ਚਾਹ ਅਤੇ ਸਬਜ਼ੀ ਵਗ ਜਾਂਦੀ ਹੈ। ਅਤੇ ਆਪਾਂ ਸਵੇਰੇ ਆਪਣੇ ਕਿਨੂੰ ਜਾਊਗੀ ਸਬਜ਼ੀ ਅਤੇ ਚਾਹ, ਅਤੇ ਆਟਾ ਮੈਂ ਪਰਸੋਂ ਖਾਤਰ ਸਾਰੇ ਦਿਨਾਂ ਖਾਤਰ ਸਾਣ ਕੇ ਢੋਲੀ ਭਰ ਲਈ ਹੈ। ਹੁਣ ਸਵੇਰ ਦੀ ਮੈਂ ਸਬਜ਼ੀ ਦੀ ਤਿਆਰੀ ਕਰਦੀ ਹਾਂ, ਕੱਟ ਕੇ ਰੱਖਦੇ ਹਾਂ, ਅਤੇ ਲਸਣ ਗੰਢਾ ਛਿੱਲ ਕੇ ਮਸਾਲਾ ਗ੍ਰੈਂਡ ਕਰਕੇ ਰੱਖਦੇ ਹਾਂ। ਹਾਂਜੀ ਗੁਰਮੀਤ ਹੋਰ ਜਾ ਰਹੇ ਨੇ ਆਪਣੇ ਪਿੰਡ, ਅਸੀਂ ਕਿਹਾ ਜੀ ਇੱਕ ਰਾਤ ਸਾਡੇ ਕੋਲ ਹੋਰ ਲਾ ਜਾਓ, ਕਹਿੰਦੇ ਅਸੀਂ ਜੀਰੀ ਲਾਉਣੀ ਹੈ ਅਤੇ ਮੱਝਾਂ ਦਾ ਵੀ ਔਖਾ ਹੈਗਾ, ਅਤੇ ਇੱਕ ਰਾਤ ਕਿਸੇ ਨੂੰ ਘਰ ਸਮਾ ਕੇ ਆਏ ਸੀਗੇ, ਅਤੇ ਚਲੋ ਜੀ ਭੈਣ ਜਾਂਦੀ ਹੈ, ਅਤੇ ਭੈਣ ਨੂੰ ਤੋਰ ਕੇ ਆਪਣੇ ਬਹੁਤ ਸਾਰੇ ਕੰਮ ਪਏ ਨੇ ਕਰਨ ਵਾਲੇ, ਜੀਰੀ ਦੀ ਤਿਆਰੀ ਆਪਾਂ ਵੀ ਕਰਦੇ, ਭੈਣ ਵੀ ਜਾ ਕੇ ਜੀਰੀ ਲਾਉਣ ਦੀ ਤਿਆਰੀ ਕਰਦੀ। ਗੱਡੀ ਤੇ ਤੱਪੀ ਪਈ ਆ, ਉਂਗਲ ਮਾਰੀ ਆ ਜਾਓ ਮਾਰ ਲਿਓ ਗੇੜਾ, ਜੀਰੀ ਲੱਗੀ ਤਾਂ ਆਵਾਂਗੇ ਹੁਣ ਤਾਂ ਅਸੀਂ ਮਾਰੇ ਪਾਣੀ ਪੀਆ ਪਿਆਸ ਤੇ ਨਾ ਜੀਰੀ ਲੱਗੇ ਮੰਗਲਵਾਰ ਨੂੰ ਮੈਂ ਪਾਣੀ ਕਿਵੇਂ ਆਉਂਗਾ, ਪਾਣੀ ਦੀ ਤਿਹਾਈ ਖਾਦੇ ਹੁਣ ਗੋਲ ਗੱਪੇ ਖਾ ਖਾ ਕੇ ਪਾਣੀ ਜਾ ਰਿਹਾ, ਮੈਨੂੰ ਵੀ ਲਿਆ ਦੇ ਜੇ ਅੱਜ ਆਉਂਦੇ ਕੱਲ ਨੂੰ ਮੁੜਦੇ ਫਿਰ ਤੁਮ ਨਾ ਆਈ ਭਰੇ ਆਈ ਬਸ ਆਈ ਸਾਨੂੰ ਵੀ ਜੀਰੀ ਲਾਉਣ ਤੋਂ ਪਹਿਲਾਂ ਪਹਿਲਾਂ ਮੁੜੇ ਆਈਏ ਹਨਾ, ਹੁਣ ਜੀਰੀ 'ਚ ਪੈ ਜਾਵਾਂਗੇ। 9 ਤਰੀਕ ਕਿਸੇ ਦਿਨ ਨਿਬੜ ਜਾਂਦਾ ਪਿੰਡ ਵਾਲੇ ਤਾਂ ਹੌਲੀ ਹੌਲੀ ਲਾਉਂਦੇ ਨੇ, 9 ਤਰੀਕ ਨੂੰ ਕਹਿੰਦੇ ਲੱਗਣਗੇ ਉਹ ਇੱਕ ਦਿਨ ਪਹਿਲਾਂ ਜਾਏ, ਆਪਾਂ 8 ਨੂੰ ਕਹਿੰਦੇ ਪਾਣੀ ਛੱਡਾਂਗੇ, 9 ਨੂੰ ਕਹਿੰਦੇ ਲੱਗ ਜਾਵਾਂਗੇ, ਹਾਂ 8 ਨੂੰ ਕਹਿੰਦੇ ਤੌਲ ਪੱਟਣ ਆ ਜਾਣਗੇ, ਪਰ ਅੱਜ ਮੰਗਲਵਾਰ ਨੂੰ ਮੈਂ 8 ਨੂੰ ਮੋੜ ਆਉਂਗੇ, ਲੋਕ ਤਾਂ ਬਣੇ ਰੋਟੀਆਂ ਨਾਲ ਜੱਬ ਖਾਣਾ, ਪ੍ਰਾਂਤਾਂ ਨੇ ਪ੍ਰਾਂਤਾਂ ਆਟੇ ਨਾਲ ਪੱਟਣਾ, ਲੋਕੀ ਦਾ ਔਖਾ ਸੋਟਿਆ। ਚਲੋ ਬੈਠੋ ਉਹ ਪਾਣੀ ਪੀਣ ਗਏ, ਤੈਂ ਪੀਣਾ ਵੀ ਲਿਆ ਲੈਣੇ ਪਾਣੀ, ਨਾ ਨਾ ਚਲੋ ਆ ਜਾ ਤੈਂ ਪੀਣਾ ਗਰਮੀ ਤੱਕ, ਨਾ ਆ ਜਾ ਗੇਟ ਖੋਲ
हाँ जी अज की वीडियो से इन्ना ही, मिलते हैं किसी होर वीडियो नाल। वाहिगुरू जी का खालसा, वाहिगुरू जी की फतेह।